ਹੈਲੋ ਐਵਰੀਵਨ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਔਨਲਾਈਨ 'ਤੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜਿਹੜੇ 21-23 ਵਾਲੇ ਸਟੂਡੈਂਟ ਹੈ ਜਾਂ 23-25 ਵਾਲੇ ਸਟੂਡੈਂਟ ਹੈ, ਉਹਨਾਂ ਲਈ ਔਨਲਾਈਨ ਕਲਾਸਾਂ ਦੇ ਉੱਪਰ ਡਿਸਕਾਊਂਟ ਚੱਲ ਰਿਹਾ, 25% ਦਾ ਔਫ ਚੱਲ ਰਿਹਾ। ਓਕੇ, ਜਿਹੜਾ ਫਸਟ ਈਅਰ ਦਾ ਮਤਲਬ ਸੈਕਿੰਡ ਈਅਰ ਦਾ ਬੈਚ ਹੈ, ਵੈਸੇ ਉਹ 700 ਰੁਪਏ ਦਾ ਹੈ, ਬਟ ਅੱਜ ਅਤੇ ਕੱਲ੍ਹ ਵਾਸਤੇ ਕੀ ਹੈ 25% ਔਫ ਉਹਦੇ ਉੱਪਰ ਮਿਲ ਰਿਹਾ, ਜਿਹਦੇ ਵਿੱਚ ਤੁਹਾਨੂੰ 6 ਸਬਜੈਕਟਾਂ ਦੀਆਂ ਵੀਡੀਓਜ਼, ਉਸ ਤੋਂ ਬਿਨਾਂ ਇੰਪੋਰਟੈਂਟ ਕੁਸਚਨ ਮਿਲਣਗੇ, ਅਤੇ ਸਭ ਤੋਂ ਵੱਡੀ ਗੱਲ ਪੁਰਾਣੇ ਪੇਪਰਾਂ ਦੇ ਸਲਿਊਸ਼ਨ ਮਿਲਣਗੇ, ਜਿਹਦੇ ਵਿੱਚ ਇੰਗਲਿਸ਼ ਦਾ ਪੇਪਰ ਮੇਨ ਹੈ, ਜਿਹਦੇ ਕੀ ਹੈ ਪੁਰਾਣੇ 5 ਪੇਪਰਾਂ ਦੇ ਸਲਿਊਸ਼ਨ ਮਿਲਣਗੇ, ਅਤੇ ਸਭ ਤੋਂ ਵੱਡੀ ਗੱਲ ਇੰਗਲਿਸ਼ ਦੇ ਨਾਲ ਪੰਜਾਬੀ ਵੀ ਲਿਖੀ ਹੋਊਗੀ। ਓਕੇ, ਇੰਗਲਿਸ਼ ਤਾਂ ਲਿਖੀ ਹੋਊਗੀ ਉਹਦੇ ਆਨਸਰ ਦੇ ਵਿੱਚ, ਨਾਲ ਪੰਜਾਬੀ ਵੀ ਲਿਖੀ ਹੋਊਗੀ, ਕਿਉਂਕਿ ਪੰਜਾਬੀ ਵਿੱਚ ਆਪਾਂ ਨੂੰ ਯਾਦ ਕਰਨਾ ਸੌਖਾ ਹੈ, ਤਾਂ ਆਪਾਂ ਇੰਗਲਿਸ਼ ਵਿੱਚ ਥੋੜ੍ਹਾ ਬਹੁਤਾ ਟਰਾਂਸਲੇਟ ਉਹਨੂੰ ਕਰ ਲੈਂਦੇ ਹਾਂ। ਤਾਂ ਜਿਹੜੇ ਸਟੂਡੈਂਟ ਰੀਅਪੀਅਰ ਵਾਲੇ ਆ, ਮੰਨ ਲਓ ਜਿਨ੍ਹਾਂ ਦੀ ਫਸਟ ਈਅਰ ਦੇ ਵਿੱਚ ਰੀਅਪੀਅਰ ਸੀ, ਉਹਨਾਂ ਲਈ ਬੈਨੀਫਿਟ ਹੈ, ਕਿਉਂਕਿ ਉਹਨਾਂ ਦੇ ਪੇਪਰ ਵੀ ਅਸੀਂ ਤਿਆਰ ਕਰਾਂਗੇ। ਜਿਹੜਾ ਵੀ ਪੇਪਰ ਦੇ ਵਿੱਚ ਰੀਅਪੀਅਰ ਹੋਏਗੀ, ਉਹਦੇ ਸਲਿਊਸ਼ਨ ਤਿਆਰ ਕਰਕੇ ਦੇਵਾਂਗੇ, ਘੱਟੋ ਘੱਟ 3 ਪੇਪਰਾਂ ਦੇ। ਓਕੇ, ਸੋ ਬੈਚ ਦੇ ਉੱਪਰ 25% ਔਫ ਚੱਲ ਰਿਹਾ, ਬਾਕੀ ਜਿਹੜੇ 23-25 ਵਾਲੇ ਸਟੂਡੈਂਟ ਹੈ ਉਹਨਾਂ ਲਈ ਤਾਂ ਬਹੁਤ ਬੈਨੀਫਿਟ ਹੈ, ਕਿਉਂਕਿ ਫਸਟ ਈਅਰ ਅਤੇ ਸੈਕਿੰਡ ਈਅਰ ਦੋਵਾਂ ਸਾਲਾਂ ਦੀਆਂ ਵੀਡੀਓਜ਼ ਮਿਲਣਗੀਆਂ। ਨਾਲ ਕੀ ਹੈ PSTET ਦਾ ਬੈਚ ਵੀ ਸ਼ੁਰੂ ਹੋ ਰਿਹਾ 1 ਅਗਸਤ ਤੋਂ, ਜਿਹਦੇ ਵਿੱਚ ਓਨਲੀ ਮੈਥ ਕਰਵਾਵਾਂਗੇ, ਬਾਕੀ ਰਿਕਾਰਡਡ ਲੈਕਚਰ ਹੋਣਗੇ, ਜਿਵੇਂ ਕਿ EVS ਹੋ ਗਿਆ, ਸਾਈਕੋ ਹੋ ਗਿਆ। ਓਕੇ, ਮੈਥ ਲਾਈਵ ਸ਼ੁਰੂ ਹੋਏਗਾ ਬਿਲਕੁਲ 0 ਲੈਵਲ ਤੋਂ, ਜਿਹਨੂੰ ਮੈਥ ਨਹੀਂ ਆਉਂਦਾ ਇੱਕ ਵਾਰ ਕਲਾਸ ਲਗਾ ਕੇ ਦੇਖ ਲਿਓ, ਪੱਕਾ ਹੀ ਉਹਨਾਂ ਨੂੰ ਕੀ ਹੈ ਸਿਖਾ ਦਾਂਗੇ ਮੈਥ। ਓਕੇ, ਬੈਚ ਦਾ ਪ੍ਰਾਈਸ ਕਿੰਨਾ? ਸਿਰਫ 760 ਰੁਪਏ, ਜਿਹੜਾ 23-25 ਵਾਲਿਆਂ ਵਾਸਤੇ ਆ 760, ਅਤੇ ਜਿਹੜੇ ਆਪਣੇ ਕੋਲ ਫਸਟ ਸੈਕਿੰਡ ਈਅਰ ਵਾਲੇ ਆ ਮਤਲਬ 21-23 ਵਾਲੇ, ਉਹਨਾਂ ਲਈ 470 ਰੁਪਏ ਬੈਚ ਦਾ ਪ੍ਰਾਈਸ। ਓਕੇ, ਜੇਕਰ ਕਿਸੇ ਨੇ ਬੈਚ ਜੁਆਇਨ ਕਰਨਾ ਹੈ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਨੰਬਰ ਹੈ 9500142503। ਜਿਹੜਾ ਇਹ ਔਫਰ ਹੈ ਇਹ ਸਿਰਫ ਅੱਜ ਅਤੇ ਕੱਲ੍ਹ ਵਾਸਤੇ ਅਵੇਲੇਬਲ ਹੈ। ਜਿਨ੍ਹਾਂ ਦੀ ਬਿਲਕੁਲ ਵੀ ਤਿਆਰੀ ਨਹੀਂ ਹੈ ਉਹ ਕੀ 400 ਰੁਪਏ ਲਗਾ ਕੇ 470 ਰੁਪਏ ਲਗਾ ਕੇ ਆਪਦੇ ਵਧੀਆ ਐਗਜ਼ਾਮ ਦੇ ਸਕਦੇ ਆ, ਕਿਉਂਕਿ ਟੈਨਸ਼ਨ ਹੋ ਜਾਂਦੀ ਹੈ ਐਂਡ ਵਿੱਚ ਆ ਕੇ ਵੀ ਕੀ ਪੜ੍ਹੀਏ, ਬੁੱਕਸ ਵਿੱਚ ਇੰਨਾ ਲਿਖਿਆ ਹੁੰਦਾ ਕਿੱਥੋਂ ਪੜ੍ਹੀਏ। ਤਾਂ ਜੇਕਰ ਤੁਸੀਂ ਸਿਰਫ ਪੁਰਾਣੇ ਪੇਪਰਾਂ ਦੇ ਸਲਿਊਸ਼ਨ ਪੜ੍ਹ ਲਓਗੇ ਤਾਂ ਆਰਾਮ ਨਾਲ ਤੁਹਾਡਾ ਪੇਪਰ ਬਹੁਤ ਵਧੀਆ ਹੋਣਗੇ, ਵਧੀਆ ਤੁਹਾਡੇ ਮਾਰਕਸ ਆਉਣਗੇ, ਕਿਉਂਕਿ ਸਾਡਾ 22-24 ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਇਆ। ਬਹੁਤ ਸਾਰੇ ਸਟੂਡੈਂਟ ਦੇ ਕੀ ਹੈ 1000 ਤੋਂ ਉੱਪਰ ਨੰਬਰ ਹੈ 1150 ਦੇ ਵਿੱਚੋਂ। ਤਾਂ ਉਮੀਦ ਹੈ ਤੁਸੀਂ ਵੀ ਇਸ ਔਫਰ ਦਾ ਫਾਇਦਾ ਉਠਾਓਗੇ। ਥੈਂਕ ਯੂ ਵੈਰੀ ਮੱਚ।